ਆਨੰਦਪੁਰ ਬਾਜਾ ਵਾਲੇ ਦਾ, ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ। ਹੋਲਾ ਮਹੱਲਾ ਗਿਆ ਆਨੰਦਪੁਰ ਬਾਜਾ ਵਾਲੇ ਦਾ, ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ। ਕਲਗੀਧਰ ਦਸ਼ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਜੀ, ਸੰਗਤਾਂ ਦੂਰੋਂ ਦੂਰੋਂ ਆਨੰਦਪੁਰ ਸਾਹਿਬ ਜੀ ਆਈਆਂ। ਕਿਧਰੇ ਢਾਡੀ ਉੱਚੀ ਹੈ ਕਾਲਾ ਕੇ ਗਾਂਵ ਦੇ, ਕਿਧਰੇ ਢਾਡੀ, ਕਿਧਰੇ ਢਾਡੀ ਉੱਚੀ ਹੈ ਕਾਲਾ ਕੇ ਗਾਂਵ ਦੇ, ਮਾਤਾ ਗੁਜਰੀ ਜੀ ਦੇ ਲਾਲ ਦੀਆਂ ਵਡਿਆਈਆਂ। ਸਾਰੇ ਆਨੰਦਪੁਰ ਸਾਹਿਬ ਚ ਜਗਮਗ ਜਗਮਗ ਹੋ ਰਹੀ ਹੈ ਸੰਗਤੇ, ਚਾਰੇ ਪਾਸੇ ਵੇਖੋ ਹੋਈਆਂ ਨੇ ਰੁਸ਼ਨਾਈਆਂ। ਪੱਗਾਂ ਬਣ ਕੇ ਸਿੰਘ ਦਸ਼ਮੇਸ਼ ਦੇ, ਖੇਡਣ ਹੋਲਾ ਮਹੱਲਾ ਆਨੰਦਪੁਰ ਸਾਹਿਬ ਚ ਆਉਂਦੇ। ਨੀਲੀਆਂ ਪੀਲੀਆਂ ਪੱਗਾਂ ਬਣ ਕੇ ਸਿੰਘ ਦਸ਼ਮੇਸ਼ ਦੇ, ਖੇਡਣ ਹੋਲਾ ਮਹੱਲਾ ਆਨੰਦਪੁਰ ਸਾਹਿਬ ਚ ਆਉਂਦੇ। ਖੇਡਣ ਗੱਤਕਾ ਚੜ ਕੇ ਘੋੜਿਆਂ ਉੱਤੇ ਬਹਿ ਕੇ ਬਈ, ਆਈਆਂ ਸੰਗਤਾਂ ਨੂੰ ਫਿਰ ਆਪਣੇ ਜੋਹਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਰਸੋਏ ਹੋਏ ਹੋਲਾ ਮਹੱਲਾ ਦੇ ਸਬੰਧ ਵਿੱਚ ਸਮੂਹ ਲੁਧਿਆਣਾ ਨਗਰ ਵਾਸੀ ਸੰਗਤ, ਐਨ ਆਈ ਵੀਰ, ਭਾਈ ਕਨੱਈਆ, ਨੌਜਵਾਨ ਸੇਵਾ ਸੁਸਾਇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਤੇ ਲੰਗਰ ਲਗਾਏ ਗਏ ਹਨ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸ਼ੁਭ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਜਾਂਦੇ। ਖਾਸ ਤੌਰ ਤੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਵੱਲੋਂ ਹੋਮ ਆ ਕੇ ਸਾਡੇ ਇਸ ਅਰੰਭੇ ਹੋਏ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰੀ ਫੇਰ ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਚਲਾਏ ਗਏ ਇਹ ਜੰਗੀ ਤਿਉਹਾਰ ਹੋਲਾ ਮਹੱਲਾ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ। ਤੇ ਬਘਾਣਾ ਨਗਰ ਵਿਖੇ ਭਾਈ ਕਨੱਈਆ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਮਹਿਲਾ ਮੰਡਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਵੇਂ ਹੋਲੇ ਮਹੱਲੇ ਤੇ ਲੰਗਰ ਲਗਾਇਆ ਜਾਂਦਾ ਹੈ, ਇਸ ਵਾਰ ਵੀ 24, 25, 26 ਤੇ 27 ਮਾਰਚ ਨੂੰ ਹੋਲੇ ਮਹੱਲੇ ਦਾ ਲੰਗਰ ਬਘਾਣ ਨਗਰ ਵਿਖੇ ਨਹਿਰ ਦੇ ਉੱਪਰ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਾਰੀਆਂ ਸੰਗਤਾਂ ਹੁੰਮ ਹੁੰਮ ਆ ਕੇ ਦਰਸ਼ਨ ਦੇ ਰਹੀਆਂ ਹਨ, ਸਹਿਯੋਗ ਵੀ ਦੇ ਰਹੀਆਂ ਹਨ। ਤੇ ਜੋ ਆਨੰਦਪੁਰ ਸਾਹਿਬ ਨੂੰ ਇਹ ਸੜਕ ਆਲਮਪੁਰ ਤੋਂ ਗੜ੍ਹ ਸਿੰਘ ਜਾਂਦੀ ਹੈ, ਇਸ ਸੜਕ ਦੇ ਉੱਪਰ ਨਹਿਰ ਦੇ ਨਾਲ ਜਾਣ ਵਾਲੀਆਂ ਸੰਗਤਾਂ ਨੂੰ ਇਹ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਸੋ ਅਸੀਂ ਭਾਈ ਘਨੱਈਆ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਿਲਾ ਮੰਡਲ ਵੱਲੋਂ ਤੇ ਸਮੂਹ ਐਨਆਰਆਈ ਮੇਰਾ ਵੱਲੋਂ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।